ਇਹ ਤੁਸੀਂ ਦੇਖ ਸਕਦੇ ਹੋ ਕਿਸਾਨ ਆਗੂ ਅੱਗੇ ਆਏ ਤੇ ਕਿਸਾਨ ਆਗੂ ਕੁੰਦੀਰ ਸਾਹਿਬ ਨੇ ਕਿਹਾ ਮੈਂ ਆਪ ਅਗਵਾਈ ਕਰਾਂਗਾ, ਮੈਂ ਆਪ ਅੱਗੇ ਲੱਗਾਂਗਾ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਸਾਹਮਣੇ ਆ ਗਏ ਆ। ਇਹ ਟੀਅਰ ਗੈਸ ਦੇ ਗੋਲੇ ਨਹੀਂ ਹੈ, ਇਹ ਮੋਟੇ ਗੋਲੇ ਉਹ ਨੇ ਜਿਹੜੇ ਸਿੱਧੇ ਤੌਰ ਦੇ ਉੱਤੇ ਹਿੱਟ ਕਰਕੇ ਜ਼ਖਮੀ ਕੀਤਾ ਜਾਂਦਾ ਆ। ਨੌਜਵਾਨਾਂ ਦੀ ਟੀਮ, ਟਰੈਕਟਰ, ਸਾਰਾ ਸਮਾਨ ਤਿਆਰ ਆ। ਜੋ ਵੀ ਨੁਕਸਾਨ ਕਰਨਾ ਸਰਕਾਰ ਨੇ ਉਹ ਸਰਕਾਰ ਕਰ ਲਵੇ, ਪਰ ਅਸੀਂ ਹੁਣ ਪਿੱਛੇ ਨਹੀਂ ਹਟਾਂਗੇ। ਇੱਕ ਵਾਰ ਯੂਨੀਅਨ ਵਾਲੇ ਜੈਸ ਕਰ, ਗੋਲਿਆਂ ਸਮੇਤ ਆਰਮੀ ਅੰਦਰ ਜਾਣੀ ਹੈ। ਸ਼ੁਰੂ ਕਹਿ ਸਕਦੇ ਜਾਣਾ ਆ, ਕਿਹੜੇ ਪਾਸੇ ਕਿੱਧਰ ਨੂੰ ਆਉਣਾ ਹੈ। ਕਿਸਾਨ ਆਗੂ ਗਏ ਸੀ ਅੱਗੇ ਗੱਲ ਕਰਨ ਵਾਸਤੇ ਤੇ ਅਨਾਊਂਸ ਕਰਕੇ ਗਏ ਸੀ ਕਿਸਾਨ ਆਗੂ ਅੱਗੇ ਚੱਲੇ ਨੇ, ਤੇ ਫੇਰ ਵੀ ਤੁਸੀਂ ਹਕੂਮਤ ਦਾ ਤਸ਼ੱਦਦ ਦੇਖ ਸਕਦੇ ਹੋ। ਜੋ ਕਰੇਗਾ ਵਾਹਿਗੁਰੂ ਭਲੀ ਕਰੇਗਾ, ਵਾਹਿਗੁਰੂ ਦੇ ਭਰੋਸੇ ਚੱਲਣ ਡਿਆ। ਜਿਵੇਂ ਹੋਏਗਾ ਆਪਣਾ ਐਲਾਨ ਹੈ ਕਿ ਅੱਗੇ ਜਾਣਾ, ਉਹਨਾਂ ਦਾ ਕੰਮ ਹੈ ਸਰਕਾਰ ਦਾ ਰੋਕਣਾ, ਆਪਣਾ ਕੰਮ ਅੱਗੇ ਜਾਣਾ, ਜੋ ਕਰੇਗਾ ਗੁਰੂ ਕਰੇਗਾ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਤੁਸੀਂ ਸ਼ੰਭੂ ਬਾਰਡਰ ਤੋਂ ਲਾਈਵ ਅਪਡੇਟ ਦੇਖ ਰਹੇ ਹੋ। ਸਾਹਮਣੇ ਤੁਸੀਂ ਦੇਖ ਰਹੇ ਹੋ ਸਾਰੀ ਗਾਰਦ ਲੱਗੀ ਹੋਈ ਆ, ਨੌਜਵਾਨ ਉਹ ਵਿੱਚ ਬੈਠੇ ਆ ਤੇ ਲਗਾਤਾਰ ਗੋਲੀਬਾਰੀ ਬੰਬਾਰੀ ਚੱਲ ਰਹੀ ਆ। ਆਹ ਨੌਜਵਾਨ ਗਿੱਲੀਆਂ ਬੋਰੀਆਂ ਹੱਥ ਦੇ ਵਿੱਚ ਫੜ ਕੇ ਖੜੇ ਆ, ਮੂੰਹ ਦੇ ਉੱਤੇ ਪੇਸ ਲਾਏ ਆ, ਕਹਾਂ ਦਿਖਾਓ ਤਾਂ ਕਿ ਅਸਰ ਨਾ ਕਰੇ ਇਸ ਚੀਜ਼ ਦਾ। ਆਹ ਦੇਖੋ ਇਹ ਗੋਲੇ ਸੁੱਟ ਰਹੇ ਨੇ, ਲਗਾਤਾਰ ਆਹ ਚੀਜ਼ਾਂ ਸੁੱਟੀਆਂ ਜਾ ਰਹੀਆਂ ਨੇ। ਇਹ ਐਕਚੁਅਲੀ ਇਹ ਜ਼ਖਮੀ ਕਰ ਰਹੇ, ਇਹ ਟੀਅਰ ਗੈਸ ਨਹੀਂ ਹੈ, ਇਹ ਟੀਅਰ ਗੈਸ ਦੇ ਗੋਲੇ ਨਹੀਂ ਹੈ, ਇਹ ਮੋਟੇ ਗੋਲੇ ਉਹ ਨੇ ਜਿਹੜੇ ਸਿੱਧੇ ਤੌਰ ਦੇ ਉੱਤੇ ਹਿੱਟ ਕਰਕੇ ਜ਼ਖਮੀ ਕੀਤਾ ਜਾਂਦਾ ਆ ਨੌਜਵਾਨਾਂ ਨੂੰ, ਕਿਸਾਨਾਂ ਨੂੰ। ਹੁਣ ਤੁਸੀਂ ਇਹ ਸੋਚੋਗੇ ਵੀ ਆਹ ਇੰਨੇ ਨੌਜਵਾਨ ਖੜ੍ਹੇ ਆ, ਇਹ ਹੜ੍ਹ ਸਾਂਭੂ ਆ ਕੋਈ। ਜਥੇਬੰਦੀ ਦੇ ਮੇਨ ਲੀਡਰ, ਮੇਨ ਆਗੂ ਜਿਹੜੇ ਹੈਗੇ ਨੇ ਉਹ ਸਭ ਕੁਛ ਕਰ ਰਹੇ ਨੇ। ਆਹ ਇੱਥੇ ਵੀ ਨੌਜਵਾਨ ਖੜ੍ਹੇ ਆ ਡੰਡੇ ਹੱਥ 'ਚ ਲੈ ਕੇ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਿਹਾ ਹੈ ਜੋ ਚੱਲ ਰਿਹਾ, ਵੇਖੋ ਕਿਸਾਨ ਆਪਣੀਆਂ ਹੱਕੀ ਮੰਗਾਂ ਮੰਨ ਰਹੇ ਆ। 7 ਦਿਨਾਂ ਤੋਂ ਲਗਾਤਾਰ ਇੱਥੇ ਸ਼ਾਂਤਮਈ ਪ੍ਰੋਟੈਸਟ ਆ ਤੇ ਸਰਕਾਰ ਨੇ ਅੱਜ ਤੱਕ ਜਿਹੜੀ ਗੱਲਬਾਤ ਤੋੜ ਕੇ ਤੇ ਉੱਪਰੋਂ ਤੁਸੀਂ ਵੇਖ ਰਹੇ ਆ ਵੱਥਰੂ ਗੈਸ ਦੇ ਗੋਲੇ 7 ਦਿਨਾਂ ਤੋਂ ਬਰਸਾ ਰਹੀ ਆ ਤੇ ਪਰ ਮੰਗਾਂ ਮੰਨਣ ਵੱਲ ਕੋਈ ਧਿਆਨ ਨਹੀਂ ਦਿੱਤਾ ਜੀ। ਬਿਲਕੁਲ ਮੰਗਾਂ ਵੱਲ ਧਿਆਨ ਨਹੀਂ ਦਿੱਤਾ, ਪਰ ਨੌਜਵਾਨ ਪੂਰੀ ਤਰ੍ਹਾਂ ਨਾਲ ਤਿਆਰ ਬਰ ਤਿਆਰ ਉਰੇ ਪਹੁੰਚਿਆ, ਪਰ ਉਧਰੋਂ ਪਲਾਸਟਿਕ ਦੀਆਂ ਗੋਲੀਆਂ ਵੀ ਤੇ ਆ ਗੋਲੇ ਵੀ ਐਡੇ ਐਡੇ ਜਾਣ ਬੁੱਝ ਕੇ ਮਾਰੇ ਜਾ ਰਹੇ ਨੇ ਕਿ ਜ਼ਖਮੀ ਹੋਣ ਨੌਜਵਾਨ। ਇਹ ਜ਼ਖਮੀ ਕਰਨ ਦੇ ਮਾਰੇ ਜਾਣ ਕੇ ਆਪਣੇ ਪ੍ਰੋਸੈਸ ਨੂੰ ਗਲਤ ਫਰਾਉਣ ਦੇ ਲਈ ਕਰ ਰਹੇ ਆ ਜੀ ਸਾਰਾ ਕੁਝ। ਤੇ ਅੱਗੇ ਵਧਾਂਗੇ, ਜਿੰਨਾ ਹੀ ਵਧਾਂਗੇ, ਜਿਵੇਂ ਕਿਸਾਨ ਆਗੂ ਕਹਿਣਗੇ ਉਹਨਾਂ ਨਾਲ ਲਾ ਕੇ ਨਾਲ ਤੁਰਾਂਗੇ, ਜਾਵਾਂਗੇ ਮੂਹਰੇ ਹੋਵਾਂਗੇ। ਬਿਲਕੁਲ ਜੀ, ਆ ਰਹੀ ਆ ਆਗੂ ਟੀਮ, ਅੱਗੇ ਲੱਗੂਗੀ ਉਸ ਤੋਂ ਅੱਗੇ ਪਿੱਛੇ। ਨੌਜਵਾਨਾਂ ਦੀ ਟੀਮ, ਟਰੈਕਟਰ, ਸਾਰਾ ਸਮਾਨ ਤਿਆਰ ਆ। ਜੋ ਵੀ ਨੁਕਸਾਨ ਕਰਨਾ ਸਰਕਾਰ ਨੇ ਉਹ ਸਰਕਾਰ ਕਰ ਲਵੇ, ਪਰ ਅਸੀਂ ਹੁਣ ਪਿੱਛੇ ਨਹੀਂ ਹਟਾਂਗੇ। ਪਿੱਛੇ ਨਹੀਂ ਹਟਣਾ। ਹੋਰ ਬਜ਼ੁਰਗਾਂ ਆ ਜਾਓ, ਤੁਸੀਂ ਅਗਰ ਬੋਲਣਾ ਕੁਛ ਤਾਂ ਉਧਰਲੇ ਪਾਸੇ ਹੋ ਜਾਣੇ, ਇੱਧਰ ਸਪੀਕਰ ਦੀ ਆਵਾਜ਼ ਬਹੁਤ ਜ਼ਿਆਦਾ ਆ, ਪਿੱਛੇ ਬੈਕ ਹੋ ਜਾਂਦੇ ਆ ਕਿਉਂਕਿ ਟੀਅਰ ਗੈਸ ਬਹੁਤ ਜ਼ਿਆਦਾ ਤੰਗ ਕਰ ਰਹੀ ਆ। ਬਿਲਕੁਲ ਵਧੀਆ ਜੀ, ਚੜ੍ਹਦੀ ਕਲਾ, ਚੜ੍ਹਦੀ ਕਲਾ। ਕੀ ਕਹੋਗੇ ਮੋਰਚੇ ਨੂੰ ਲੈ ਕੇ? ਮੋਰਚਾ ਜਿੱਤਾਂਗੇ ਜੀ, ਜਾਵਾਂਗੇ ਅੱਗੇ, ਜੋ ਮਰਜ਼ੀ ਹੋਵੇ ਫਿਰ ਜਾਓਗੇ ਅੱਗੇ। ਹਾਂਜੀ ਅੱਗੇ। ਪਰ ਉਹ ਜਿਹੜੀ ਕਰਤੂਤਾਂ ਦੇ ਉੱਤਰੇ ਉਹ ਤਾਂ ਦਿਖ ਰਿਹਾ ਸਾਫ਼, ਗੋਲੇ ਗੋਲੀਆਂ ਉਹਨਾਂ ਦੇ ਕਰਤੂਤਾਂ ਕਰਨੀਆਂ ਨੇ ਜੀ। ਆਪਾਂ ਵੀ ਅੱਗੇ ਵਧਣਾ ਹੈ। ਇਹਦਾ ਧੱਕਾ ਲੱਗਣ ਵਾਲਾ ਵੀਰ, ਇਹ ਤਾਂ ਲੱਭਣੇ ਵੀ ਨਹੀਂ ਗਏ ਕਿੱਧਰ, ਫਿਰ ਇਹਦਾ ਮਿੰਟ ਹੀ ਦੋ ਲੱਗਣੇ ਆ। ਉੱਡਦਾ ਜਾਣਾ, ਇੱਕ ਵਾਰ ਯੂਨੀਅਨ ਵਾਲੇ ਜੈਸ ਕਰਨ, ਗੋਲਿਆਂ ਸਮੇਤ ਆਰਮੀ ਅੰਦਰ ਜਾਣੀ ਹੈ। ਇੱਕ ਵਾਰ ਯੂਨੀਅਨ ਵਾਲੇ ਜੈਸ ਕਰਨ, ਗੋਲਿਆਂ ਸਮੇਤ ਆਰਮੀ ਅੰਦਰ ਜਾਣੀ ਹੈ ਤੇ ਪੰਧੇਰ ਸਾਹਿਬ ਨੇ ਜਿੱਦਾਂ ਕਿਹਾ, ਮੇਰੇ ਹਿਸਾਬ ਦੇ ਨਾਲ ਉਧਰੋਂ ਯੈਸ ਹੋ ਗਈ ਆ, ਉਧਰੋਂ ਯੈਸ ਹੋ ਗਈ ਆ ਕਿ ਕੁੰਦੀਰ ਸਾਹਿਬ ਨੇ ਕਿਹਾ ਮੈਂ ਆਪ ਅਗਵਾਈ ਕਰਾਂਗਾ, ਮੈਂ ਆਪ ਅੱਗੇ ਲੱਗਾਂਗਾ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਸਾਹਮਣੇ ਆ ਗਏ ਆ ਗੱਲ ਕਰਨ ਵਾਸਤੇ ਤੇ ਹੁਣ ਦੇਖਦੇ ਹਾਂ ਧੱਕਾ ਮੁੱਕੀ ਚੱਲਦੀ ਆ, ਕੀ ਹੁੰਦਾ ਕੀ ਨਹੀਂ ਹੁੰਦਾ। ਕਿਸਾਨ ਆਗੂ ਆਪ ਅੱਗੇ ਜਾ ਰਹੇ ਨੇ ਤੇ
ਮੇਰੀ ਕਹਿਣਾ ਜੀ ਅਸੀਂ ਦੇਖਦੇ ਹਾਂ ਵੀ ਇਸ ਚੀਜ਼ ਨੂੰ ਪ੍ਰੋਪਰਲੀ ਕਵਰ ਕੀਤਾ ਜਾਵੇ, ਦੇਖਿਆ ਜਾਵੇ ਵੀ ਜਿਹੜੇ ਆਗੂ ਅੱਗੇ ਆਏ ਆ ਹੁਣ ਦੇਖਣਾ ਇਹ ਹੋਏਗਾ ਵੀ ਪੰਧੇਰ ਸਾਹਿਬ ਅੱਗੇ ਆ ਰਹੇ ਨੇ, ਕਿਸਾਨ ਆਗੂ ਅੱਗੇ ਆਏ ਨੇ, ਇਹਨਾਂ ਨੇ ਕੀ ਰਣਨੀਤੀ ਬਣਾਈ ਹੈ ਕੀ ਨਹੀਂ ਬਣਾਈ ਉਸ ਬਾਰੇ ਹੁਣੀ ਪਤਾ ਲੱਗੇਗਾ। ਕਹਿੰਦੇ ਨੌਜਵਾਨ ਕੋਈ ਨਾ ਜਾਵੇ ਤੇ ਕੱਲਾ ਆਗੂਆਂ ਨੂੰ ਅੱਗੇ, ਕੱਲੇ ਆਗੂਆਂ ਨੂੰ ਅੱਗੇ ਜਾਣ ਦਿੱਤਾ ਜਾਵੇ। ਬਹੁਤ ਬੁਰੀ ਤਰ੍ਹਾਂ ਦੇ ਨਾਲ ਟੀਅਰ ਗੈਸ ਜਿਹੜੀ ਉਹ ਚੜ ਰਹੀ ਹੈ ਸਾਰੇ ਪਾਸੇ। ਇਹ ਤੁਸੀਂ ਦੇਖ ਰਹੇ ਹੋ ਕਿਸਾਨ ਆਗੂ ਅੱਗੇ ਆਏ ਤੇ ਕਿਸਾਨ ਆਗੂ ਗੈਸ ਦਾ ਅਸਰ ਬੰਦੇ ਦੇ ਸਰੀਰ ਔਰ ਵਾਤਾਵਰਨ 'ਤੇ ਇੰਨਾ ਜ਼ਿਆਦਾ ਘਾਤਕ ਹੁੰਦਾ ਕਿ ਚਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਧੂੰਆਂ ਹੀ ਧੂੰਆਂ ਹੋ ਜਾਂਦਾ। ਉਸ ਤੋਂ ਬਾਅਦ ਜਦੋਂ ਨੱਕ ਨੂੰ ਚੜ੍ਹਦੀ ਹੈ ਤਾਂ ਨੱਕ ਤੋਂ ਪਾਣੀ ਆਉਣਾ ਸ਼ੁਰੂ ਹੋ ਜਾਂਦਾ, ਉਲਟੀਆਂ ਆਉਣ ਲੱਗ ਜਾਂਦੀਆਂ, ਉਲਟੀ ਵਾਲਾ ਮਨ ਹੋਈ ਜਾਂਦਾ ਅਤੇ ਅੱਖਾਂ ਜਲਦੀਆਂ, ਜਿਹੜਾ ਜਿਹੜਾ ਸਰੀਰ ਦਾ ਪਾਰਟ ਨੰਗਾ ਹੁੰਦਾ ਸਕਿਨ ਅਤੇ ਉੱਥੇ ਬਹੁਤ ਜ਼ਿਆਦਾ ਮਿਰਚਾਂ ਲੱਗਦੀਆਂ, ਇੰਨਾ ਜ਼ਿਆਦਾ ਸਰੀਰ ਦਾ ਬੁਰਾ ਹਾਲ ਹੋ ਜਾਂਦਾ ਕਿ ਕੁਛ ਵੀ ਅੱਗੇ ਲੱਭਦਾ ਨਹੀਂ ਹੈ ਅਤੇ ਬੰਦਾ ਇੱਧਰ ਉੱਧਰ ਜਿਹੜਾ ਉਹ ਦੇਖਦਾ ਰਹਿੰਦਾ। ਇਸੇ ਕਰਕੇ ਕੋਲਗੇਟ ਵਗੈਰਾ ਅਤੇ ਪਾਣੀ ਦਾ ਇਸਤੇਮਾਲ ਕੀਤਾ ਜਾਂਦਾ ਥੋੜ੍ਹਾ ਬਹੁਤਾ ਰਿਲੀਫ ਲੈਣ ਲਈ। ਬਹੁਤ ਬੁਰੀ ਤਰੀਕੇ ਦੇ ਨਾਲ ਇੱਧਰ ਕਹਿ ਸਕਦੇ ਜਾਣਾ ਹੈ ਕਿਹੜੇ ਪਾਸੇ ਕਿੱਧਰ ਨੂੰ ਆਉਣਾ ਹੈ। ਕਿਸਾਨ ਆਗੂ ਗਏ ਸੀ ਅੱਗੇ ਗੱਲ ਕਰਨ ਵਾਸਤੇ ਅਤੇ ਅਨਾਊਂਸ ਕਰਕੇ ਗਏ ਸੀ ਕਿਸਾਨ ਆਗੂ ਅੱਗੇ ਚੱਲੇ ਨੇ ਅਤੇ ਫਿਰ ਵੀ ਤੁਸੀਂ ਹਕੂਮਤ ਦਾ ਤਸ਼ੱਦਦ ਦੇਖ ਸਕਦੇ ਹੋ ਵੀ ਹੁਣ ਤਾਂ ਤੁਸੀਂ ਉੱਥੇ ਉੱਡਦੇ ਹੋਏ ਗੋਲੇ ਦੇਖ ਲਏ ਹੋਣਗੇ ਕਿੱਦਾਂ ਉੱਡ ਕੇ ਆ ਰਹੇ ਨੇ। ਆਹ ਬੁਲੇਟ 'ਚ ਆਹ ਮਾਰ ਰਹੇ ਨੇ ਵੀ ਸੱਟ ਲੱਗੇ, ਇਹ ਕੋਈ ਟੀਅਰ ਗੈਸ ਨਹੀਂ ਹੈ। ਇਹ ਜਿਹੜੇ ਨੌਜਵਾਨ ਦੇ ਲੱਗੂਗਾ ਸੋਚੋ ਉਹਦਾ ਕੀ ਹਾਲ ਹੋਊਗਾ, ਅਤੇ ਇੱਕ ਨਹੀਂ ਪਤਾ ਨਹੀਂ ਅੱਗੇ ਕਿੰਨੇ ਇੱਦਾਂ ਦੇ ਹੋਰ ਪਏ ਆ। ਸੋ ਤੁਹਾਨੂੰ ਆਪ ਅੰਦਾਜ਼ਾ ਹੋ ਸਕਦਾ ਆ ਵੀ ਸਰਕਾਰਾਂ ਇਸ ਹੱਦ ਤੱਕ ਗਿਰੀਆਂ ਹੋਈਆਂ ਨੇ ਨੌਜਵਾਨਾਂ ਦੇ ਅੰਦਰ, ਹੱਦ ਤੋਂ ਵੱਧ ਗੁੱਸਾ ਆ। ਆਹ ਵੀ ਕੁਛ ਆਗੂ ਖੜ੍ਹੇ ਨੇ, ਇਹਨਾਂ ਤੋਂ ਪੁੱਛਦੇ ਆ ਕੀ ਕਹਿੰਦੇ, ਕੀ ਕਹੋਗੇ ਤੁਸੀਂ ਲਗਾਤਾਰ? ਹੁਣ ਤਾਂ ਅੱਗ ਕਿਸਾਨ ਆਗੂ ਅੱਗੇ ਗਏ ਸੀ, ਉਹਨਾਂ ਨੂੰ ਵੀ ਨਹੀਂ ਬਖਸ਼ਿਆ ਉਹਨਾਂ ਨੇ। ਜੋ ਕਰੇਗਾ ਵਾਹਿਗੁਰੂ ਭਲੀ ਕਰੇਗਾ, ਵਾਹਿਗੁਰੂ ਦੇ ਭਰੋਸੇ ਚੱਲਣ ਡਿਆ, ਜਿਵੇਂ ਹੋਏਗਾ ਆਪਣਾ ਐਲਾਨ ਹੈ ਕਿ ਅੱਗੇ ਜਾਣਾ ਉਹਨਾਂ ਦਾ ਕੰਮ ਹੈ, ਸਰਕਾਰ ਦਾ ਰੋਕਣਾ ਆਪਣਾ ਕੰਮ, ਅੱਗੇ ਜਾਣਾ ਜੋ ਕਰੇਗਾ ਗੁਰੂ ਕਰੇਗਾ, ਵਧੀਆ ਕਰੇਗਾ। ਜੋ ਕਰੇਗਾ ਗੁਰੂ ਕਰੇਗਾ, ਇਹਨਾਂ ਦਾ ਕੰਮ ਹੈ ਰੋਕਣਾ, ਸਾਡਾ ਕੰਮ ਹੈ ਅੱਗੇ ਜਾਣਾ। ਅਤੇ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਸਿੱਧੇ ਤੌਰ ਦੇ ਉੱਤੇ ਕਿਸਾਨ ਆਗੂ ਅਤੇ ਨੌਜਵਾਨੀ ਅੱਗੇ ਵੱਧ ਰਹੀ ਹੈ। ਅਤੇ ਮੈਂ ਕੈਮਰਾ ਮੈਨੂੰ ਕਹਾਂ ਇੱਧਰਲੇ ਪਾਸੇ ਵੀ ਆਪਾਂ ਚੱਲੀਏ, ਇੱਕ ਵਾਰ ਗੇੜਾ ਮਾਰ ਕੇ ਆਈਏ ਇੱਕ ਸਾਈਡ ਦਾ ਪ੍ਰੋਪਰਲੀ।
ਕਵਰ ਕਰ ਲਈ ਹੈ ਅਤੇ ਪੱਤਰਕਾਰ ਵੀ ਖੜ੍ਹੇ ਨੇ, ਉਹਨਾਂ ਦਾ ਇਹ ਬਹੁਤ ਬੁਰਾ ਹਾਲ ਆ। ਸਿਰਫ ਇੱਕ ਜਾਂ ਦੋ ਸਾਡੀ ਗੱਲ ਨਹੀਂ, ਆ ਹੋਰ ਵੀ ਪੱਤਰਕਾਰ ਜਿਹੜੇ ਹੈਗੇ ਨੇ ਉਹਨਾਂ ਦਾ ਵੀ ਬਹੁਤ ਬੁਰਾ ਹਾਲ ਹੈ। ਤੁਸੀਂ ਦੇਖ ਸਕਦੇ ਹੋ ਇੱਕ ਭੈਣ ਬੈਠੀ ਹੈ ਅਤੇ